ਰਾਖੋ ਸਰਨਾਇ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਮਦੀ ਨੂਰ ਅਰ ਸਹ ਕੁਰ ਸਹ ਤੁਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨ ਮੁਖ ਧਿਆਨ ਨ ਲਾਗੈ ਦੁੱਖ ਵਿੱਚ ਕਾਰ ਕਮਾਵਣੇ ਦੁੱਖ ਵਰਤੈ ਦੁੱਖ ਆਗੈ ਅੰਦਰ ਕਪਟ ਸਦਾ ਦੁੱਖ ਹੈ ਮਨ ਮੁਖ ਧਿਆਨ ਨ ਲਾਗੈ ਦੁੱਖ ਵਿੱਚ ਕਾਰ ਕਮਾਵਣੇ ਦੁੱਖ ਵਰਤੈ ਦੁੱਖ ਆਗੈ ਕਰਮੇ ਸਤਿਗੁਰ ਭੇਟਿਐ ਤਾ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਭਉ ਭਾਗੈ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਭਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨ ਮੁਖ ਮੈਲੇ ਮਰਹਿ ਗਵਾਰ
ਗੁਰਮੁਖ ਨਿਰਮਲ ਹਰ ਰਾਖਿਆ ਉਰ ਧਾਰ ਭਨਤ ਨਾਨਕ ਸੁਣੋ ਜਨ ਭਾਏ ਸਤਗੁਰ ਸੇਵੇ ਹੋ ਹਉ ਮੈਂ ਮਲ ਜਾਏ ਅੰਦਰ ਸੰਸਾਰ ਦੁੱਖ ਵਿਆਪੇ ਸਿਰ ਧੰਧਾ ਨਿਤ ਮਾਰ ਦੂਜੈ ਭਾਏ ਸੂਤੇ ਕਬਹੋ ਨਾ ਜਾਗੈ ਮਾਇਆ ਮੋਹ ਪਿਆਰ ਨਾਮ ਨ ਚਿਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਵਿਚਾਰ ਹਾਰ ਨਾਮ ਨ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੇ ਜਿਸਨੋ ਹਾਰ ਭਗਤ ਸੱਚ ਬਖਸ਼ੇ ਅਨ ਸੋ ਸੱਚਾ ਸਾਹੋ ਤਿਸ ਕੀ ਮੁਹਤਾਜੀ ਲੋਕ ਕੱਢਦਾ ਔਰਤ ਹੱਟ ਨਾ ਵੱਥ ਨਾ ਵਿਸਾਹੋ ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲੈ ਵੇ ਮੁਖ ਭਸ ਪਾਹੋ ਹਰ ਕੇ ਨਾਮ ਕੇ ਵਪਾਰੇ ਹਰ ਭਗਤ ਹੈ ਜਮ ਜਗਾਤੇ ਤਿਨਾ ਨੇੜ ਨ ਜਾਹੋ ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਵੇ ਪਰਵਾਹੋ ਹਰ ਕੇ ਨਾਮ ਕੇ ਵਪਾਰੇ ਹਰ ਭਗਤ ਹੈ ਜਮ ਜਗਾਤੇ ਤਿਨਾ ਨੇੜ ਨ ਜਾਹੋ ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਵੇ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਤ ਉਤਕ੍ਰਿਸ਼ਟ ਸਤਿਗੁਰੂ ਦਇਆ ਨਿਧ ਸਵਾਮੀ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਤੋਂ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲ ਔਰ ਸਕਾਰਥਾ ਕਰ ਰਹੇ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ
ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਹੁਕਮਨਾਮੇ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਇਕਾਗਰ ਕਰਕੇ ਸਤਿਗੁਰਾਂ ਦਾ ਸ਼ਬਦ ਵਿਚਾਰੀਏ। ਬਿਲਾਵਲ ਦੀ ਵਾਰ ਚੋਂ ਅੱਜ ਦਾ ਪਾਵਨ ਸ੍ਰੀ ਮੁਖ ਵਾਕ ਸਾਨੂੰ ਪ੍ਰਾਪਤ ਹੋਇਆ ਹੈ। ਸਲੋਕ ਤੀਸਰੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰ ਰਹੇ ਨੇ ਔਰ ਪੌੜੀ ਚੌਥੇ ਪਾਤਸ਼ਾਹ ਜਗਤ ਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਚਾਰਨ ਕਰ ਰਹੇ ਨੇ। ਤੀਸਰੇ ਔਰ ਚੌਥੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਪਾਵਨ ਸ੍ਰੀ ਮੁਖ ਵਾਕ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦਿਆਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਲੋਕ ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰਦੇ ਨੇ 851 ਅੰਗ ਤੇ ਪਾਵਨ ਸਲੋਕ ਸੁਭਾਏ ਮਾਨ ਹੈ। ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲਾਗੈ। ਮਨਮੁਖ ਦੀ ਬਿਰਤੀ, ਮਨਮੁਖ ਦਾ ਸੁਭਾਉ, ਮਨਮੁਖ ਦਾ ਜੋ ਜੀਵਨ ਹੈ ਉਹ ਸਤਿਗੁਰੂ ਜੀ ਦੱਸ ਰਹੇ ਨੇ ਕਿ ਮਨਮੁਖ ਦੇ ਅੰਦਰ ਹਮੇਸ਼ਾ ਕਪਟ, ਛਲ ਤੇ ਫਰੇਬ ਦੀ ਬਿਰਤੀ ਬਣੀ ਰਹਿੰਦੀ। ਜਿਵੇਂ ਬਗਲਾ ਕਪਟੀ ਹੁੰਦਾ ਨਾ, ਗੁਰਬਾਣੀ ਚ ਮਨਮੁਖ ਨੂੰ ਬਗਲੇ ਦੀ ਤਸਬੀਹ ਵੀ ਦਿੱਤੀ। ਜਿਵੇਂ ਬਗਲਾ ਉਹ ਵੱਡਾ ਕਪਟੀ ਪੰਛੀ ਮੰਨਿਆ, ਇਸੇ ਤਰ੍ਹਾਂ ਦੀ ਕਪਟ ਦੀ ਬਿਰਤੀ ਮਨਮੁਖ ਦੇ ਹਿਰਦੇ ਚ ਹੁੰਦੀ। ਮਨਮੁਖ ਦੇ ਅੰਦਰ ਹਮੇਸ਼ਾ ਛਲ ਤੇ ਫਰੇਬ ਦੀ ਬਿਰਤੀ ਬਣੀ ਰਹਿੰਦੀ ਹੈ ਔਰ ਉਹਦੇ ਅੰਦਰ ਇਹ ਭਾਵ ਰਹਿੰਦਾ ਕਿ ਕਿਵੇਂ ਮੈਂ ਕਿਸੇ ਦੂਸਰੇ ਨੂੰ ਛੜਾਂ, ਕਿਵੇਂ ਕਿਸੇ ਦੂਸਰੇ ਨੂੰ ਕਪਟ ਕਰਕੇ ਆਪਣੇ ਕਪਟ ਦੇ ਪ੍ਰਭਾਵ ਥੱਲੇ ਲਿਆਵਾਂ। ਜ਼ਰੂਰੀ ਨਹੀਂ ਕਿ ਮਨਮੁਖ ਦਾ ਲਿਬਾਸ ਜਾਂ ਬਾਹਰਲਾ ਭੇਸ, ਬਾਹਰਲਾ ਸਵਰੂਪ ਉਹ ਵੀ ਮਨਮੁਖਾਂ ਵਾਲਾ ਹੁੰਦਾ ਹੈ। ਕਈ ਵਾਰ ਐਸਾ ਵੀ ਵੇਖਣ 'ਚ ਮਿਲਦਾ ਹੈ ਕਿ ਮਨਮੁਖ ਦਾ ਬਾਹਰਲਾ ਸੁਭਾਵ, ਬਾਹਰਲਾ ਰੂਪ, ਬਾਹਰਲਾ ਵੇਸ ਧਾਰਮਿਕ ਵੀ ਹੋ ਸਕਦਾ ਹੈ। ਹੋ ਸਕਦਾ ਬਾਹਰੋਂ ਉਹਦਾ ਮਨਮੁਖਾਂ ਵਾਲਾ ਸਰੂਪ ਨਾ ਹੋਵੇ,
ਉਹਦਾ ਲਿਬਾਸ ਧਾਰਮਿਕ ਹੋਵੇ। ਹੋ ਸਕਦਾ ਉਹਨੇ ਕੋਈ ਆਪਣਾ ਧਰਮ ਸਥਾਨ ਵੀ ਬਣਾਇਆ ਹੋਵੇ, ਸੱਜਣ ਠੱਗ ਵਾਂਗੂ ਆਪਣਾ ਇੱਕ ਡੇਰਾ ਵੀ ਬਣਾਇਆ ਹੋਵੇ। ਤੇ ਇਹਦੇ ਨਾਲ ਇਹ ਨਹੀਂ ਹੋ ਜਾਂਦਾ ਕਿ ਉਹ ਗੁਰਮੁਖ ਹੋ ਗਿਆ ਜਾਂ ਉਹ ਸੰਤ ਹੋ ਗਿਆ ਜਾਂ ਉਹ ਮਹਾਤਮਾ ਹੋ ਗਿਆ। ਹੋ ਸਕਦਾ ਉਹਦੇ ਅੰਦਰ ਵੀ ਕਪਟ ਦੀ ਬਿਰਤੀ ਹੈ। ਜੇ ਛਲ ਕਰਨ ਵਾਸਤੇ, ਕਪਟ ਕਰਨ ਵਾਸਤੇ ਧਾਰਮਿਕ ਲਿਬਾਸ ਦਾ ਆਸਰਾ ਲਿਆ ਤਾਂ ਫਿਰ ਉਹ ਕਪਟੀ ਹੈ, ਮਨਮੁੱਖ ਹੈ, ਧਰਮੀ ਨਹੀਂ ਹੈ। ਬਹੁਤਾਤ ਗਿਣਤੀ ਐਸੇ ਲੋਕਾਂ ਦੀ ਵੀ ਹੈ ਸਾਡੇ ਸਮਾਜ ਵਿੱਚ ਜਿਨ੍ਹਾਂ ਨੇ ਧਾਰਮਿਕ ਲਿਬਾਸ ਕੇਵਲ ਇਸ ਲਈ ਓੜਿਆ ਹੋਇਆ ਤਾਂ ਜੋ ਲੋਕਾਂ ਨੂੰ ਛਲ ਸਕਣ, ਲੋਕਾਂ ਨੂੰ ਕਪਟ ਕਰਕੇ, ਫਰੇਬ ਕਰਕੇ ਆਪਣਾ ਸ਼ਿਕਾਰ ਬਣਾ ਸਕਣ। ਔਰ ਇੱਦਾਂ ਦੇ ਕੁਝ ਚੁਣਿੰਦਾ ਲੋਕ ਜਿਹੜੇ ਧਾਰਮਿਕ ਲਿਬਾਸ ਦਾ ਆਸਰਾ ਲੈ ਕੇ ਦੂਸਰਿਆਂ ਨੂੰ ਛੱਡਦੇ ਨੇ, ਉਹਨਾਂ ਤੋਂ ਆਹਤ ਹੋਏ ਲੋਕ, ਉਹਨਾਂ ਤੋਂ ਪਰੇਸ਼ਾਨ ਹੋਏ ਲੋਕ, ਉਹਨਾਂ ਤੋਂ ਦੁਖੀ ਹੋਏ ਲੋਕ ਦੂਸਰੇ ਧਰਮੀ ਲੋਕਾਂ ਨੂੰ ਵੀ ਉਦਾਂ ਦਾ ਸਮਝਣ ਲੱਗ ਪੈਂਦੇ ਆ, ਉਦਾਂ ਦਾ ਸਮਝਣ ਲੱਗ ਪੈਂਦੇ ਆ। ਕਹਿੰਦੇ ਜੀ ਸਾਨੂੰ ਪਤਾ ਗਾਤਰਿਆਂ ਵਾਲੇ ਆ ਇਹ ਕੁਝ ਕਰਦੇ ਆ। ਬੜੇ ਲੋਕ ਇੱਦਾਂ ਕਹਿੰਦੇ ਸੁਣਾਈ ਦਿੰਦੇ ਆ। ਉਹਨਾਂ ਦੀ ਵੀ ਬਿਰਤੀ ਇਹੀ ਹੁੰਦੀ ਹੈ ਵੀ ਉਹਨਾਂ ਨੂੰ ਮਿਲਦੇ ਹੀ ਇਹੋ ਜਿਹੇ ਨੇ, ਕਿਉਂਕਿ ਉਹ ਆਪ ਕਪਟੀ ਬਿਰਤੀ ਵਾਲੇ ਹਨ। ਜਿਹੋ ਜਿਹਾ ਕੋਈ ਆਪ ਹੁੰਦਾ ਉਹਨਾਂ ਨੂੰ ਕਹਿੰਦੇ ਨੇ ਨਾ ਵੀ ਬਦਮਾਸ਼ ਨੂੰ ਬਦਮਾਸ਼ ਚਾਰ ਕੋਹਾਂ 'ਤੇ ਜਾ ਟੱਕਰਦਾ ਹੈ, ਜਿੱਦਾਂ ਦਾ ਉਹ ਆਪ ਹੋਵੇ। ਤੋ ਇਸੇ ਪ੍ਰਕਾਰ ਫਿਰ ਉਹਨਾਂ ਨੂੰ ਸਾਰੇ ਹੀ ਉਦਾਂ ਦੇ ਪ੍ਰਤੀਤ ਹੋਣ ਲੱਗ ਪੈਂਦੇ। ਐਸਾ ਨਹੀਂ ਹੁੰਦਾ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਖੈਰ ਹਿੰਦੁਸਤਾਨ ਦੀ ਜਿਹੜੀ ਧਰਤੀ ਹੈ, ਭਾਰਤ ਖੰਡ ਦੀ ਭੂਮੀ ਧਰਮੀ ਲੋਕਾਂ ਦੀ ਭੂਮੀ ਹੈ। ਇੱਥੇ ਬਹੁਤ ਜ਼ਿਆਦਾ ਲੋਕ ਐਸੇ ਵੀ ਮਿਲਣਗੇ ਜਿਨ੍ਹਾਂ ਨੇ ਧਰਮੀ ਲਿਬਾਸ ਕੇਵਲ ਦੂਜਿਆਂ ਨੂੰ ਠੱਗਣ ਵਾਸਤੇ ਗ੍ਰਹਿਣ ਕੀਤਾ ਹੁੰਦਾ। ਉਹਨਾਂ ਲੋਕਾਂ ਬਾਰੇ ਗੁਰਬਾਣੀ ਵਿੱਚ ਮੇਰੇ ਪਾਤਸ਼ਾਹ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ। ਉਹਨਾਂ ਲਈ ਕਿਹਾ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਵਗ, ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਅਤੇ ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਵੀ ਸਾਰੇ ਧਾਰਮਿਕ ਲਿਬਾਸ ਵਾਲੇ ਜਿਨ੍ਹਾਂ ਦਾ ਐਸਾ ਲਿਬਾਸ ਹੈ ਵੀ ਉਹ ਸਾਰੇ ਹੀ ਇੱਦਾਂ ਦੇ ਹੁੰਦੇ ਹੈ। ਕੇਵਲ ਬਾਹਰਲੀ ਪ੍ਰਕਿਰਿਆ ਧਾਰਮਿਕ ਲਿਬਾਸ ਵਾਲੀ ਹੈ, ਪਰ ਅੰਦਰੋਂ ਕਪਟ ਅਤੇ ਛਲ ਅਤੇ ਫਰੇਬ ਦੀ ਬਿਰਤੀ ਹੈ, ਇਹ ਉਹਨਾਂ ਲਈ ਸ਼ਬਦ ਵਰਤੇ ਨੇ। ਤੋ ਇੱਥੇ ਗੁਰਦੇਵ ਉਹਨਾਂ ਲੋਕਾਂ ਦਾ ਜ਼ਿਕਰ ਕਰ ਰਹੇ ਨੇ ਜਿਨ੍ਹਾਂ, ਜ਼ਰੂਰੀ ਨਹੀਂ ਕਿ ਧਾਰਮਿਕ ਲਿਬਾਸ ਵਾਲਾ ਹੀ ਅੰਦਰੋਂ ਕਪਟੀ ਹੁੰਦਾ। ਬਹੁਤ ਸਾਰੇ ਮਨਮੁੱਖ ਐਸੇ ਵੀ ਨੇ ਜਿਨ੍ਹਾਂ ਦਾ ਬਾਹਰੋਂ ਅਤੇ ਅੰਦਰੋਂ ਕਪਟ ਦਾ ਹੀ ਸੁਭਾਅ ਹੈ। ਇਸ ਕਰਕੇ ਉਹਨਾਂ ਵਾਸਤੇ ਵੀ ਇਹ ਪੰਗਤੀ ਹੈ, ਭਾਵੇਂ ਧਾਰਮਿਕ ਲਿਬਾਸ ਨਾ, ਜਿਨ੍ਹਾਂ ਦਾ ਧਾਰਮਿਕ ਲਿਬਾਸ ਨਹੀਂ ਹੁੰਦਾ ਕਿ ਉਹ ਕਪਟੀ ਨਹੀਂ ਹੁੰਦੇ, ਉਹ ਵੀ ਕਪਟੀ ਹਨ, ਉਹ ਵੀ ਛਲ ਅਤੇ ਫਰੇਬ ਦੀ ਬਿਰਤੀ ਹਿਰਦੇ 'ਚ ਰੱਖ ਸਕਦੇ ਨੇ।
ਇਸ ਕਰਕੇ ਨਾ ਸਾਰੇ ਕਪਟੀਆਂ ਵਾਸਤੇ ਮਹਾਰਾਜ ਜੀ ਨੇ ਸ਼ਬਦ ਵਰਤਿਆ, ਉਹ ਕਿਸੇ ਵੀ ਪਰਿਸਥਿਤੀ ਵਿੱਚ ਹੋਵੇ, ਕਿਸੇ ਵੀ ਸਰੂਪ ਵਿੱਚ ਹੋਵੇ, ਕਿਸੇ ਵੀ ਧਰਮ 'ਚ ਹੋਵੇ, ਕਿਸੇ ਵੀ ਪ੍ਰਕਾਰ ਦੇ ਮਜ਼ਹਬ 'ਚ, ਕਿਸੇ ਵੀ ਵਰਣ ਵਿੱਚ ਹੋਵੇ, ਕਿਸੇ ਵੀ ਜਾਤੀ ਵਿੱਚ ਹੋਵੇ, ਜੇ ਉਹਦੇ ਅੰਦਰ ਕਪਟ ਦੀ ਬਿਰਤੀ ਹੈ ਤਾਂ ਇਹ ਪੰਕਤੀ ਉਹਨਾਂ ਸਾਰਿਆਂ ਲਈ ਲਾਗੂ ਹੁੰਦੀ ਹੈ। ਪਾਤਸ਼ਾਹ ਕਹਿੰਦੇ ਮਨਮੁਖ ਦੇ ਅੰਦਰ ਹਮੇਸ਼ਾ ਕਪਟ ਤੇ ਛਲ ਹੈ, ਜਿਸ ਕਰਕੇ ਉਹ ਹਮੇਸ਼ਾ ਦੁਖੀ ਰਹਿੰਦਾ। ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਦੇ ਅੰਦਰ ਕਪਟ ਹੈ, ਛਲ ਹੈ, ਔਰ ਉਹ ਸਦਾ ਦੁਖੀ ਰਹਿੰਦਾ। ਔਰ ਮਨਮੁਖ ਦਾ ਕਦੇ ਵੀ ਧਿਆਨ ਨਹੀਂ ਲੱਗਦਾ, ਮਨਮੁਖ ਧਿਆਨ ਨਾ ਲੱਗੇ ਰੱਬ ਵਾਲੇ ਪਾਸੇ, ਪਰਮੇਸ਼ਰ ਵਾਲੇ ਪਾਸੇ, ਨਿਰੰਕਾਰ ਵਾਲੇ ਪਾਸੇ ਮਨਮੁਖ ਦਾ ਧਿਆਨ ਕੇਂਦਰਿਤ ਨਹੀਂ ਹੁੰਦਾ, ਕਿਉਂਕਿ ਅੰਦਰ ਕਪਟ ਹੈ, ਅੰਦਰ ਛਲ ਭਰਿਆ ਹੋਇਆ, ਅੰਦਰ ਫਰੇਬ ਦੀ ਬਿਰਤੀ ਹੈ, ਦੂਜੇ ਨੂੰ ਠੱਗਣ ਦੀ ਬਿਰਤੀ ਹੈ। ਇਸ ਕਰਕੇ ਮਨਮੁਖ ਦਾ ਧਿਆਨ ਕਦੇ ਨਹੀਂ ਲੱਗਦਾ, ਕੇਂਦਰਿਤ ਨਹੀਂ ਹੁੰਦਾ। ਦੁੱਖ ਵਿੱਚ ਕਾਰ ਕਮਾਵਣੇ ਦੁੱਖ ਵਰਤੈ ਦੁੱਖ ਆਗੈ। ਇਹੋ ਜਿਹੜੇ ਮਨਮੁਖ ਲੋਕ ਨੇ ਉਹ ਆਪਣੀ ਸਾਰੀ ਕਾਰ ਜੋ ਵੀ ਉਹ ਕਰਮ ਕਰਦੇ ਨੇ ਦੁੱਖ ਵਿੱਚ ਹੀ ਕਰਦੇ ਨੇ। ਪਹਿਲਾਂ ਵੀ ਪੂਰਵਲੇ ਜਨਮ ਵਿੱਚ ਉਹਨਾਂ ਨੇ ਜੋ ਕਰਮ ਕਮਾਏ ਨੇ ਦੁੱਖਮਈ ਕਮਾਏ ਨੇ, ਹੁਣ ਵੀ ਉਹ ਦੁੱਖਮਈ ਹੀ ਕਰਮ ਕਮਾ ਰਹੇ ਨੇ। ਔਰ ਇੱਦਾਂ ਦੇ ਲੋਕ ਅੱਗੇ ਪਰਲੋਕ ਵਿੱਚ ਵੀ ਜਾ ਕੇ ਦੁੱਖ ਹੀ ਭੋਗਣਗੇ। ਯਾਨੀ ਕਿ ਤਿੰਨਾਂ ਸਮਿਆਂ ਵਿੱਚ, ਤਿੰਨਾਂ ਕਾਲਾਂ ਵਿੱਚ ਮਨਮੁੱਖ ਦੁਖੀ ਰਹਿੰਦਾ। ਪਹਿਲਾਂ ਵੀ ਦੁੱਖਮਈ ਕਰਮ ਕਮਾਏ ਨੇ, ਹੁਣ ਵੀ ਦੁੱਖਮਈ ਹੀ ਕਰਮ ਕਮਾ ਰਿਹਾ, ਅਤੇ ਆਉਣ ਵਾਲੇ ਸਮੇਂ 'ਚ ਅੱਗੇ ਪਰਲੋਕ ਵਿੱਚ ਵੀ ਤਿਸ ਨੂੰ ਦੁੱਖ ਹੀ ਭੋਗਣਾ ਪਵੇਗਾ। ਕਰਮੇ ਸਤਿਗੁਰ ਭੇਟਿਆ ਤਾਂ ਸੱਚ ਨਾਮ ਲਿਵ ਲਾਗੈ। ਕਰਮਾਂ ਵਾਲਿਆਂ ਨੂੰ, ਭਾਗਾਂ ਵਾਲਿਆਂ ਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੋ ਗਿਆ, ਕਿਉਂਕਿ ਗੁਰੂ ਪਾਤਸ਼ਾਹ ਦਾ ਮੇਲ ਤਾਂ ਕਰਮਾਂ ਵਾਲਿਆਂ ਨੂੰ ਮਿਲਦਾ। ਆਪ ਸਾਰੇ ਕਰਮਾਂ ਵਾਲੇ ਹੋ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਦੂਦ ਵਿੱਚ ਹਜ਼ੂਰੀ 'ਚ ਜੁੜ ਬੈਠੇ। ਕਰਮਾਂ ਵਾਲਿਆਂ ਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ ਹੈ, ਔਰ ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲਦੇ ਹਨ ਉਹਨਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਨਾਲ ਧਿਆਨ ਲੱਗਦਾ ਹੈ, ਉਹਨਾਂ ਦੀ ਸੱਚੇ ਨਾਮ ਨਾਲ ਲਿਵ ਲੱਗਦੀ ਹੈ। ਨਾਨਕ ਸਹਿਜ ਸੁਖ ਹੋਏ ਅੰਦਰੋਂ ਭ੍ਰਮ ਭਉ ਭਾਗੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਉਹਨਾਂ ਦੇ ਅੰਦਰ ਸਹਿਜੇ ਹੀ, ਸੁਤੇ ਸਿੱਧ ਹੀ ਸੁੱਖ ਉਪਜਦਾ ਹੈ, ਗਿਆਨ ਦਾ ਸੁੱਖ ਉਪਜਦਾ ਹੈ। ਜਿਸ ਗਿਆਨ ਦੇ ਸੁੱਖ ਦੇ ਉਪਜਣ ਨਾਲ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚੋਂ ਭਰਮ ਤੇ ਡਰ ਭੱਜ ਜਾਂਦਾ ਹੈ। ਅੰਦਰੋਂ ਭਰਮ ਭਉ ਭਾਗੈ, ਉਹਦੇ ਅੰਦਰ ਨਾ ਭਰਮ ਰਹਿੰਦਾ ਹੈ, ਨਾ ਹੀ ਕਿਸੇ ਪ੍ਰਕਾਰ ਦਾ ਡਰ ਰਹਿੰਦਾ ਹੈ। ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ। ਗੁਰਮੁਖਾਂ ਦੇ ਅੰਦਰ ਹਮੇਸ਼ਾ ਹਰੀ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਲੱਗਾ ਰਹਿੰਦਾ ਹੈ।
ਔਰ ਉਹਨਾਂ ਦੇ ਮਨ ਨੂੰ ਹਮੇਸ਼ਾ ਹਰੀ ਦਾ ਨਾਮ ਹੀ ਪਾਉਂਦਾ ਹੈ। ਉਹਨਾਂ ਸਾਹਮਣੇ ਸਾਰੀ ਧਰਤੀ ਕੰਚਨ ਦੀ ਹੋ ਜਾਏ, ਨਦੀਆਂ ਅਤੇ ਦਰਿਆ ਦੁੱਧ ਦੇ ਵਹਿ ਟੁਰਨ, ਪਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹਨਾਂ ਨੂੰ ਇਹ ਸਾਰਾ ਕੁਝ ਨਹੀਂ ਪਾਉਂਦਾ। ਉਹਨਾਂ ਨੂੰ ਕੇਵਲ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਭਜਨ, ਅਕਾਲ ਪੁਰਖ ਦਾ ਨਾਮ ਹੀ ਪਾਉਂਦਾ ਹੈ। ਜਿਵੇਂ ਮੱਛੀ ਨੂੰ ਪਾਣੀ ਬਿਨਾਂ ਨਹੀਂ ਕੁਝ ਪਾਉਣਾ ਜੇ ਉਹ ਮੱਛੀ ਪਾਣੀ ਤੋਂ ਵਿਛੜੀ ਹੋਵੇ, ਤੈਸੇ ਨਾਮ ਜਪਣ ਵਾਲੇ ਜਿਹੜੇ ਗੁਰਮੁਖ ਨੇ, ਜਿਨ੍ਹਾਂ ਦਾ ਪਰਮੇਸ਼ਰ ਨਾਲ ਪ੍ਰੇਮ ਹੈ, ਉਹਨਾਂ ਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਪਾਉਂਦਾ। ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ। ਗੁਰਮੁਖਾਂ ਦਾ ਵੇਖਣਾ ਵੀ ਅੰਮ੍ਰਿਤਮਈ ਹੈ, ਕਿਉਂਕਿ ਉਹ ਬ੍ਰਹਮ ਨੂੰ ਹੀ ਵੇਖਦੇ ਆ ਸਾਰਿਆਂ 'ਚ, ਸਭ 'ਚ ਨਿਰੰਕਾਰ ਦੀ ਜੋਤ ਵੇਖਦੇ ਆ ਜਿਹੜੇ ਗੁਰਮੁਖ ਹਨ। ਉਹਨਾਂ ਨੂੰ ਸਾਰਿਆਂ ਵਿੱਚ ਉਹੀ ਦਿਸਦਾ ਜੋ ਉਹਨਾਂ ਨੂੰ ਆਪਣੇ ਅੰਦਰ ਦਿਸਦਾ ਹੈ। ਸੁਭਾਵਿਕ ਹੈ, ਜੋ ਤੁਹਾਨੂੰ ਜੋ ਆਪਣੇ ਅੰਦਰ ਦਿਸੇਗਾ ਉਹੀ ਬਾਹਰ ਦਿਸਦਾ। ਤੁਹਾਨੂੰ ਆਪਣੇ ਅੰਦਰ ਕੂੜ ਕਬਾੜ ਦਿਸਦਾ ਹੈ, ਤੁਹਾਨੂੰ ਆਪਣੇ ਅੰਦਰ ਝੂਠ ਦਿਸਦਾ ਹੈ, ਤੁਹਾਨੂੰ ਆਪਣੇ ਅੰਦਰ ਈਰਖਾ ਦਿਸਦੀ ਹੈ, ਤੁਹਾਨੂੰ ਆਪਣੇ ਅੰਦਰ ਦੁਵੈਸ਼ ਦਿਸਦੀ ਹੈ, ਅਤੇ ਬਾਹਰ ਵੀ ਸਭ ਕੁਝ ਉਹੀ ਦਿਸੇਗਾ। ਅਤੇ ਜਿਨ੍ਹਾਂ ਨੂੰ ਆਪਣੇ ਅੰਦਰ ਬ੍ਰਹਮ ਦੀ ਅੰਸ਼ ਦਿਸਦੀ ਹੈ, ਉਹਨਾਂ ਨੂੰ ਬਾਹਰ ਵੀ ਬ੍ਰਹਮ ਦੀ ਅੰਸ਼ ਹੀ ਨਜ਼ਰ ਆਉਂਦੀ ਹੈ। ਜਦਾ ਦ੍ਰਿਸ਼ਟੀ ਤਦਾ ਸ੍ਰਿਸ਼ਟੀ, ਜੈਸੀ ਦ੍ਰਿਸ਼ਟੀ ਹੈ ਸ੍ਰਿਸ਼ਟੀ ਵੈਸੀ ਹੈ। ਇਸ ਕਰਕੇ ਗੁਰਮੁਖਾਂ ਦਾ ਵੇਖਣਾ ਵੀ ਬ੍ਰਹਮ ਹੈ, ਕਿਉਂਕਿ ਉਹਨਾਂ ਆਪਣੇ ਅੰਦਰ ਬ੍ਰਹਮ ਸਵਰੂਪ ਨੂੰ ਵੇਖਿਆ, ਅਤੇ ਬਾਹਰ ਵੀ ਸਾਰਿਆਂ 'ਚ ਬ੍ਰਹਮ ਹੀ ਦਿਸਦਾ ਹੈ। ਫਿਰ ਉਹਨਾਂ ਦਾ ਬੋਲਣਾ ਵੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ। ਗੁਰਮੁਖ ਵੇਖਣ ਬੋਲਣਾ, ਉਹ ਬੋਲਦੇ ਵੀ ਪਰਮੇਸ਼ਰ ਦੇ ਨਾਮ ਨੂੰ ਹਨ। ਨਾਮ ਜਪਤ ਸੁਖ ਪਾਇਆ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ। ਉਹਨਾਂ ਨੂੰ ਆਤਮਕ ਖੇੜਾ, ਆਤਮਕ ਸੁਖ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਵਿੱਚੋਂ ਪ੍ਰਾਪਤ ਹੋਇਆ ਹੈ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਗੁਰਮੁਖਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੈ। ਗੁਰਮੁਖਾਂ ਦੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਹੋਇਆ ਕਿਵੇਂ ਆ? ਪਿੱਛੇ ਦਸ ਆਏ ਨੇ, ਸਤਿਗੁਰਾਂ ਨਾਲ ਮਿਲੇ ਨੇ। ਇਸ ਕਰਕੇ ਗੁਰਮੁਖਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ, ਔਰ ਜਿਤਨਾ ਅਗਿਆਨਤਾ, ਅਵਿਦਿਆ ਅਤੇ ਅੰਧਕਾਰ ਦਾ ਹਨੇਰਾ ਹੈ ਉਹਨਾਂ ਅੰਦਰੋਂ, ਉਹ ਦੂਰ ਹੋ ਗਿਆ। ਕਿਉਂਕਿ ਜਦੋਂ ਦੀਵਾ ਬਲਦਾ, ਚਾਨਣਾ ਹੁੰਦਾ ਅਤੇ ਹਨੇਰਾ ਚਲਿਆ ਜਾਂਦਾ। ਗੁਰਮੁਖਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ ਔਰ ਉਹਨਾਂ ਅੰਦਰੋਂ ਅਗਿਆਨਤਾ ਅਤੇ ਅਵਿਦਿਆ ਦਾ ਅੰਧਕਾਰ ਚੁੱਕਿਆ ਗਿਆ, ਦੂਰ ਹੋ ਗਿਆ ਹੈ। ਮਹੱਲਾ ਤੀਜਾ,
ਮਨ ਮੁਖ ਮੈਲੇ ਮਰਹਿ ਗਵਾਰ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਮਨ ਮੁਖਾਂ ਦਾ ਹਿਰਦਾ ਮੈਲਾ ਹੈ, ਮਨ ਮੁਖਾਂ ਦੇ ਹਿਰਦੇ 'ਚ ਹਮੇਸ਼ਾ ਮੈਲ ਰਹਿੰਦੀ ਹੈ। ਮਨ ਮੁਖਾਂ ਦੇ ਕਈ ਲੱਛਣ ਗੁਰਬਾਣੀ 'ਚ ਸਤਿਗੁਰਾਂ ਨੇ ਦੱਸੇ ਨੇ। ਉੱਪਰ ਦੱਸ ਆਏ ਨੇ ਵੀ ਮਨ ਮੁਖ ਦੇ ਅੰਦਰ ਕਪਟ ਹੈ, ਇੱਥੇ ਦੱਸਦੇ ਨੇ ਕਿ ਮਨ ਮੁਖ ਦੇ ਅੰਦਰ ਮੈਲ ਹੈ, ਉਹਦਾ ਮਨ ਮੈਲਾ ਹੈ। ਇੱਕ ਜਗ੍ਹਾ 'ਤੇ ਪਾਤਸ਼ਾਹ ਲਿਖਦੇ ਆ ਕਿ ਮਨ ਮੁਖ ਦੇ ਅੰਦਰ ਹਉਮੈ ਹੈ, ਹੈਂਕੜ ਅਤੇ ਹੰਕਾਰ ਹੈ, ਫਿਰ ਮਨਮੁਖ ਦੇ ਹਿਰਦੇ 'ਚ ਵਿਕਾਰ ਨੇ, ਕਾਮ ਕ੍ਰੋਧ ਹੰਕਾਰ ਦੀਆਂ ਪ੍ਰਵਿਰਤੀਆਂ ਨੇ। ਤੋ ਇੱਥੇ ਗੁਰਦੇਵ ਫਰਮਾਉਂਦੇ ਨੇ ਕਿ ਮਨਮੁਖ ਦਾ ਹਿਰਦਾ ਮੈਲਾ ਹੈ, ਉਸ ਦੇ ਅੰਤਸ਼ਕਰਨ ਵਿੱਚ ਮੈਲ ਹੈ। ਜਿਸ ਦੇ ਅੰਤਸ਼ਕਰਨ 'ਚ ਮੈਲ ਹੈ ਉਸ ਨੂੰ ਸਾਰਿਆਂ ਵਿੱਚ ਮੈਲ ਹੀ ਪ੍ਰਤੀਤ ਹੁੰਦੀ ਹੈ। ਜਿਸ ਦੇ ਅੰਤਸ਼ਕਰਨ ਵਿੱਚ ਗੁਰੂ ਪਾਤਸ਼ਾਹ ਦਾ ਚਿੰਤਨ ਹੈ, ਜਿਨ੍ਹਾਂ ਦਾ ਅੰਤਸ਼ਕਰਨ ਗੁਰੂ ਪਾਤਸ਼ਾਹ ਨਾਲ ਮਿਲ ਕੇ ਇੱਕਮਿੱਕ ਹੋ ਜਾਂਦਾ, ਉਹ ਨਿਰਮਲ ਹੋ ਜਾਂਦੇ ਨੇ, ਸ਼ੁੱਧ ਹੋ ਜਾਂਦੇ ਨੇ। ਸਾਡਾ ਅੰਤਸ਼ਕਰਨ ਇਤਨਾ ਸੂਖਸ਼ਮ ਹੈ ਕਿ ਇਹਦੇ 'ਚ ਬਹੁਤ ਕੁਝ ਸਮਾਇਆ ਹੋਇਆ ਹੈ। ਜਿਨ੍ਹਾਂ ਦੇ ਅੰਤਸ਼ਕਰਨ 'ਚ ਮੈਲ ਹੈ ਉਹਨਾਂ ਨੂੰ ਮੈਲ ਦਿਸੇਗੀ, ਜਿਨ੍ਹਾਂ ਦੇ ਅੰਤਸ਼ਕਰਨ ਵਿੱਚ ਬ੍ਰਹਮ ਦਾ ਸਾਕਸ਼ਾਤਕਾਰ ਹੈ ਉਹਨਾਂ ਨੂੰ ਬ੍ਰਹਮੀ ਨਜ਼ਰੀਆਂ ਆਏਗਾ। ਸਿੱਖ ਪੰਥ ਦੇ ਮਹਾਨ ਵਿਦਵਾਨ ਹੋਏ ਨੇ ਅਕਾਲੀ ਕੌਰ ਸਿੰਘ ਜੀ, ਨਿਹੰਗ ਸਿੰਘ। ਅਕਾਲੀ ਕੌਰ ਸਿੰਘ ਜੀ ਉਸ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਸਿੱਖੀ ਧਾਰਨ ਕੀਤੀ, ਪੰਡਿਤ ਕਿਰਪਾ ਰਾਮ ਜੀ। ਕਸ਼ਮੀਰ ਦੇ ਇਲਾਕੇ ਵਿੱਚ ਅਕਾਲੀ ਜੀ ਦਾ ਜਨਮ ਹੋਇਆ। ਗੁਰੂ ਖਾਲਸੇ ਪੰਥ ਦੀ ਅਕਾਲੀ ਕੌਰ ਸਿੰਘ ਜੀ ਨੇ ਬੜੀ ਭਾਰੀ ਸੇਵਾ ਟਹਿਲ ਕੀਤੀ। ਨਿਹੰਗ ਸਿੰਘ ਸਨ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਫੌਜ ਸਨ, ਭਰਤੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਕ ਤਤਕਰਾ ਅਕਾਲੀ ਕੌਰ ਸਿੰਘ ਜੀ ਨੇ ਬਣਾਇਆ, ਤਕਰੀਬਨ 20 ਸਾਲ ਦੀ ਮਿਹਨਤ ਕਰਕੇ। ਅੱਜ ਤਾਂ ਆਪਾਂ ਮੋਬਾਈਲਾਂ ਦੇ ਵਿੱਚ ਜਿਹੜੀ ਪੰਗਤੀ ਭਰਦੇ ਹਾਂ ਮਹਾਰਾਜ ਜੀ ਦੀ ਨਿਕਲ ਆਉਂਦੀ ਹੈ, ਉਸ ਵੇਲੇ ਇੱਕ ਪ੍ਰਕਾਰ ਦੀ ਐਪ ਹੀ ਤਿਆਰ ਕੀਤੀ ਵੀ ਪੰਗਤੀ ਦਾ ਅੱਖਰ ਵੇਖ ਕੇ ਕਿਹੜੇ ਰਾਗ ਵਿੱਚ ਹੈ, ਕਿਹੜੇ ਅੰਗ ਦੇ ਉੱਤੇ ਹੈ, ਕਿਹੜੇ ਪਾਤਸ਼ਾਹ ਦੀ ਹੈ। ਅਕਾਲੀ ਜੀ ਨੇ ਆਪਣੇ ਵੇਲੇ ਹੀ ਉਹ ਤਿਆਰ ਕਰ ਦਿੱਤਾ। ਬੜੀ ਭਾਰੀ ਸੇਵਾ ਕੀਤੀ ਗੁਰੂ ਪੰਥ ਦੀ। ਪੰਥ ਦੀਆਂ ਜਿੰਨੀਆਂ ਵੀ ਮਜਲਸਾਂ ਹੁੰਦੀਆਂ ਸੀ, ਗੁਰਮਤੇ ਹੁੰਦੇ ਸੀ, ਜਦੋਂ ਤੱਕ ਅਕਾਲੀ ਕੌਰ ਸਿੰਘ ਜੀ ਉੱਥੇ ਨਹੀਂ ਸਨ ਆਉਂਦੇ ਉਦੋਂ ਤੱਕ ਉਸ ਗੁਰਮਤੇ ਦੇ ਉੱਤੇ ਮੋਹਰ ਨਹੀਂ ਸੀ ਲੱਗਦੀ। ਅਖੀਰਲਾ ਸਮਾਂ ਅਕਾਲੀ ਜੀ ਦਾ ਪਟਿਆਲੇ ਹੀ ਬਤੀਤ ਹੋਇਆ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਿੱਥੇ ਆਪਾਂ ਬੈਠੇ ਹਾਂ,
ਇਹਦੀ ਹਦੂਦ ਵਿੱਚ ਹੀ ਅਕਾਲੀ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਹੋਇਆ। ਅਕਾਲੀ ਜੀ ਨੇ, ਭਾਈ ਵੀਰ ਸਿੰਘ ਜੀ ਨੇ ਵੀ ਇਹਨਾਂ ਦੀ ਬੜੀ ਸਿਫਤ ਲਿਖੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੀ ਅਕਾਲੀ ਜੀ ਤੋਂ ਬੜੇ ਪ੍ਰਭਾਵਿਤ ਸੀ। ਹਾਲਾਂਕਿ ਭਾਈ ਰਣਧੀਰ ਸਿੰਘ ਜੀ ਵਿਵੇਕੀ ਪੁਰਸ਼ ਸਨ, ਪਰ ਅਕਾਲੀ ਜੀ ਦੇ ਹੱਥੋਂ ਛਕਣਾ ਆਪਣਾ ਸੁਭਾਗ ਸਮਝਦੇ ਸੀ। ਇੱਕ ਵਾਰ ਕਿ ਸਾਦੇ ਲਿਬਾਸ ਵਿੱਚ ਰਹਿਣਾ, ਨਿਹੰਗ ਸਿੰਘ ਦੇ ਬਾਣੇ ਵਿੱਚ ਭਾਈ ਵੀਰ ਸਿੰਘ ਜੀ ਨੂੰ ਮਿਲਣ ਵਾਸਤੇ ਪਹੁੰਚੇ ਸ੍ਰੀ ਅੰਮ੍ਰਿਤਸਰ ਸਾਹਿਬ। ਬਾਹਰ ਸੇਵਾਦਾਰ ਖੜ੍ਹਾ ਸੀ, ਉਹਨੂੰ ਕਿਹਾ ਕਿ ਤੁਹਾਨੂੰ ਭਾਈ ਸਾਹਿਬ ਨੂੰ ਕਹੋ ਵੀ ਕੋਈ ਸਿੰਘ ਮਿਲਣ ਆਇਆ, ਨਿਹੰਗ ਸਿੰਘ ਹੈ, ਨਾਂ ਨਹੀਂ ਦੱਸਿਆ ਆਪਣਾ। ਭਾਈ ਵੀਰ ਸਿੰਘ ਜੀ ਅੰਦਰ ਕਿਸੇ ਕੰਮ 'ਚ ਮਸ਼ਰੂਫ ਸਨ ਜਾਂ ਕੁਝ ਲਿਖ ਰਹੇ ਸਨ। ਉਹਨਾਂ ਆਖਿਆ ਕੋਈ ਮਸਤਾਨਾ ਦੀਵਾਨਾ ਨਿਹੰਗ ਸਿੰਘ ਹੋਣਾ, ਅਤੇ ਉਹ ਕਹਿੰਦੇ ਮੇਰੇ ਕੋਲ ਟਾਈਮ ਨਹੀਂ ਹਾਲੇ ਮਿਲਣ ਨੂੰ, ਉਹਨਾਂ ਨੂੰ ਕਿਹਾ ਬਾਅਦ ਵਿੱਚ ਆਇਓ। ਅਕਾਲੀ ਕੌਰ ਸਿੰਘ ਜੀ ਦਰਵਾਜ਼ੇ ਤੋਂ ਵਾਪਸ ਮੁੜ ਗਏ। ਡਾਕਟਰ ਭਾਈ ਵੀਰ ਸਿੰਘ ਜੀ ਬੜੇ ਨਿਰਮਲ ਹਿਰਦੇ ਵਾਲੇ ਸਨ, ਪਰ ਸੁਭਾਵਿਕ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ। ਪਤਾ ਲੱਗਾ ਵੀ ਉਹ ਤਾਂ ਅਕਾਲੀ ਜੀ ਸਨ ਅਤੇ ਪਿੱਛੇ ਪਿੱਛੇ ਦੌੜ ਪਏ, ਪੈਦਲ ਹੀ ਚੱਲਦੇ ਸੀ ਅਕਾਲੀ ਜੀ। ਜਾ ਕੇ ਅਕਾਲੀ ਜੀ ਦੇ ਅੱਗੇ ਜਵਾ ਕੇ ਹੱਥ ਜੋੜ ਕੇ ਫਤਿਹ ਗਜਾਈ, ਆਖਿਆ ਜੀ ਘਰ ਚੱਲੋ। ਅਕਾਲੀ ਕੌਰ ਸਿੰਘ ਜੀ ਨੇ ਜਵਾਬ ਦਿੱਤਾ, ਵੀਰ ਸਿੰਘ ਜਿਹਦੇ ਕੋਲ ਇੱਕ ਨਿਹੰਗ ਸਿੰਘ ਵਾਸਤੇ ਸਮਾਂ ਨਹੀਂ, ਉਹਦੇ ਕੋਲ ਉਹਦੇ ਲਈ ਅਕਾਲੀ ਕੌਰ ਸਿੰਘ ਕੋਲ ਵੀ ਸਮਾਂ ਨਹੀਂ ਹੈ। ਤੁਹਾਨੂੰ ਇੰਨਾ ਹੀ ਕਹਿਣਾ ਕਾਫੀ ਸੀ ਵੀ ਕੌਰ ਸਿੰਘ ਕਹਿਣਾ ਜ਼ਰੂਰੀ ਨਹੀਂ ਸੀ, ਇੰਨਾ ਹੀ ਬਹੁਤ ਸੀ ਕਿ ਇੱਕ ਸਿੰਘ ਆਇਆ ਦਰਵਾਜ਼ੇ 'ਤੇ। ਜਿਹਦੇ ਕੋਲ ਇੱਕ ਸਿੰਘ ਵਾਸਤੇ ਸਮਾਂ ਨਹੀਂ, ਉਹਦੇ ਲਈ ਫਿਰ ਅਕਾਲੀ ਕੌਰ ਸਿੰਘ ਕੋਲ ਵੀ ਸਮਾਂ ਨਹੀਂ। ਇਸ ਗੱਲ ਦਾ ਪਛਤਾਵਾ ਡਾਕਟਰ ਵੀਰ ਸਿੰਘ ਜੀ ਨੂੰ ਸਾਰੀ ਜ਼ਿੰਦਗੀ ਰਿਹਾ। ਕਸ਼ਮੀਰ ਦੇ ਇਲਾਕੇ ਵਿੱਚ ਇੱਕ ਨਗਰ ਵਿੱਚ ਅਕਾਲੀ ਜੀ ਰਾਤ ਨੂੰ ਉਤਰੇ ਹੋਏ। ਮੈਂ ਦੱਸ ਰਿਹਾ ਵੀ ਜਿਸ ਦੇ ਅੰਤਹਿਕਰਨ ਵਿੱਚ ਜੋ ਹੁੰਦਾ ਹੈ ਉਹਨੂੰ ਉਹੀ ਸੁੱਝਦਾ। ਜੇ ਕਪਟ ਹੈ ਤਾਂ ਕਪਟ ਸੁੱਝੇਗਾ, ਜੇ ਮੈਲ ਹੈ ਤਾਂ ਮੈਲ ਸੁੱਝਦੀ ਹੈ, ਜੇ ਗੁਰੂ ਦਾ ਚਿੰਤਨ ਹੈ ਤਾਂ ਫਿਰ ਗੁਰੂ ਹੀ ਸੁੱਝਦਾ। ਰਾਤ ਦਾ ਸਮਾਂ ਜਾ ਕੇ ਲੇਟੇ ਨੇ ਲੰਗਰ ਪ੍ਰਸ਼ਾਦਾ ਛਕ ਕੇ, ਗੁਰੂ ਘਰ ਵਿੱਚ ਹੀ ਠਹਿਰੇ ਹੋਏ ਸੀ। ਪਾਸੇ ਪਲਟੀ ਜਾਣ, ਨੀਂਦ ਨਾ ਆਵੇ, ਬੜੀ ਬੇਚੈਨੀ, ਬੜੀ ਘਬਰਾਹਟ ਜੀ ਹੋ ਰਹੀ ਹੈ। ਹਾਲਾਂਕਿ ਮੌਸਮ ਵੀ ਠੰਡਾ ਹੈ, ਤਕਰੀਬਨ 12:30 ਵਜੇ ਉੱਠੇ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਉਠਾਇਆ, ਉਹਦੇ ਕੋਲ ਚਾਬੀ ਸੀ ਦਰਬਾਰ ਦੀ। ਉੱਠੋ ਗ੍ਰੰਥੀ ਸਿੰਘ ਜੀ, ਮਹਾਰਾਜ ਜੀ ਦਾ ਪ੍ਰਕਾਸ਼ ਕਰੀਏ। ਗ੍ਰੰਥੀ ਸਿੰਘ ਨੇ ਆਖਿਆ ਜੀ ਹਾਲੇ ਸਮਾਂ ਥੋੜ੍ਹਾ ਹੋਇਆ, ਘੰਟੇ ਦੋ ਘੰਟੇ ਨੂੰ ਉੱਠ ਕੇ ਇਸ਼ਨਾਨ ਪਾਨ ਕਰਕੇ
ਪ੍ਰਕਾਸ਼ ਕਰਾਂਗੇ। ਕਹਿੰਦੇ ਪੰਜ ਇਸ਼ਨਾਨਾਂ ਕਰਿਆ, ਮੇਰੇ ਕੋਲ ਰਿਹਾ ਨਹੀਂ ਜਾ ਰਿਹਾ, ਪ੍ਰਕਾਸ਼ ਕਰ। ਗ੍ਰੰਥੀ ਸਿੰਘ ਨੇ ਅਕਾਲੀ ਜੀ ਦਾ ਕਹਿਣਾ ਹੁਣ ਕਿੱਥੇ ਮੋੜਨਾ? ਸਤਿਬਚਨ ਕਿਹਾ ਪੰਜ ਇਸ਼ਨਾਨਾਂ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਮਹਾਰਾਜ ਜੀ ਦਾ ਇੱਕ ਅੰਗ ਜਿਹੜਾ ਸੀ ਉਹ ਫੋਲਡ ਹੋਇਆ ਹੋਇਆ ਮੁੜਿਆ ਹੋਇਆ ਵਿੱਚ। ਕਹਿੰਦੇ ਸਿੱਧਾ ਕਰ ਦੇ, ਸਾਰੀ ਰਾਤ ਹੋ ਗਈ ਹੈ ਮੈਨੂੰ ਇਸੇ ਕਰਕੇ ਨੀਂਦ ਨਹੀਂ ਸੀ ਆ ਰਹੀ। ਗੁਰਦੇਵ ਦਾ ਅੰਗ ਮੁੜਿਆ ਹੋਇਆ ਸੀ ਅਤੇ ਮੈਨੂੰ ਤਾਂ ਫਿਰ ਬੇਚੈਨੀ ਹੋਣੀ ਸੀ ਨਾ। ਕਿਤੇ ਸੁਖਾਸਣ ਕਰਦਿਆਂ ਉਹਨੇ ਧਿਆਨ ਨਹੀਂ ਕੀਤਾ ਅਤੇ ਮਹਾਰਾਜ ਜੀ ਦਾ ਅੰਗ ਵਿੱਚ ਮੁੜ ਗਿਆ ਸੀ। ਜਿਸ ਦੇ ਅੰਤਹਿਕਰਨ ਵਿੱਚ ਜੋ ਹੁੰਦਾ ਉਹਨੂੰ ਉਹੀ ਕੁਝ ਸੁੱਝਦਾ। ਜੇ ਅੰਤਹਿਕਰਨ ਕਾਮ ਨਾਲ ਭਰਿਆ ਹੋਇਆ ਤਾਂ ਫਿਰ ਉਸਨੂੰ ਕਾਮੀ ਬਿਰਤੀ ਸੁੱਝਣੀ ਹੈ। ਅੰਤਹਿਕਰਨ ਵਿੱਚ ਕ੍ਰੋਧ ਭਰਿਆ ਹੋਇਆ ਤਾਂ ਫਿਰ ਕ੍ਰੋਧ ਹੀ ਸੁੱਝਣਾ। ਅੰਤਹਿਕਰਨ 'ਚ ਲੋਭ ਭਰਿਆ ਹੋਇਆ ਅਤੇ ਲੋਭ ਅਤੇ ਲਾਲਚ ਦੀ ਬਿਰਤੀ ਸੁੱਝਣੀ ਹੈ। ਅੰਤਹਿਕਰਨ ਵਿੱਚ ਕਪਟ ਛਲ ਅਤੇ ਫਰੇਬ ਭਰਿਆ ਹੋਇਆ ਤਾਂ ਉਹੀ ਕੁਝ ਸੁੱਝਣਾ। ਅਤੇ ਜੇ ਅੰਤਹਿਕਰਨ ਵਿੱਚ ਗੁਰੂ ਦਾ ਚਿੰਤਨ ਹੈ ਤਾਂ ਫਿਰ ਗੁਰੂ ਸੁੱਝਣਾ, ਗੁਰੂ ਬਿਨਾਂ ਕੁਝ ਹੋਰ ਨਹੀਂ ਸੁੱਝਣਾ। ਉੱਥੇ ਜਾ ਕੇ ਕਿਹਾ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀਂ ਹੋਰ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀਂ ਹੋਰ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਬਿਨਾਂ ਮੈਂ ਨਾਹੀਂ ਹੋਰ, ਗੁਰੂ ਬਿਨਾਂ ਮੈਂ ਨਾਹੀਂ ਹੋਰ, ਗੁਰੂ ਬਿਨਾਂ ਮੈਂ ਨਾਹੀਂ ਹੋਰ, ਗੁਰੂ ਬਿਨਾਂ ਮੈਂ ਨਾਹੀਂ ਹੋਰ। ਇਹ ਗੁਰਮੁਖਾਂ ਦਾ ਅੰਤਹਿਕਰਨ ਹੈ। ਮਨਮੁਖ ਦਾ ਅੰਤਹਿਕਰਨ ਕੀ ਹੈ ਦੱਸਦੇ ਨੇ, ਮਨਮੁਖ ਦਾ ਅੰਤਹਿਕਰਨ ਮੈਲਾ ਹੈ। ਮਨਮੁਖ ਮੈਲੇ ਮਰਹਿ ਗਵਾਰ, ਉਹ ਗਵਾਰ ਨਾ ਸਮਝ ਬਾਰ ਬਾਰ ਜੰਮਦੇ ਅਤੇ ਮਰਦੇ ਰਹਿੰਦੇ ਨੇ। ਹਾਂਜੀ, ਗੁਰਮੁਖ ਨਿਰਮਲ ਹਰ ਰੱਖਿਆ ਉਰ ਧਾਰ, ਗੁਰਮੁਖਾਂ ਦਾ ਅੰਤਹਿਕਰਨ ਨਿਰਮਲ ਹੈ, ਇਸ ਕਰਕੇ ਉਹਨਾਂ ਆਪਣੇ ਹਿਰਦੇ ਵਿੱਚ ਹਰੀ ਨੂੰ ਧਾਰਨ ਕੀਤਾ ਹੋਇਆ। ਗੁਰਮੁਖਾਂ ਦੇ ਹਿਰਦੇ ਵਿੱਚ ਹਰੀ ਹੈ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਹੈ। ਗੁਰਮੁਖਾਂ ਦੇ ਹਿਰਦੇ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਉਹਨਾਂ ਨੇ ਵਸਾਇਆ ਹੈ। ਭਨਤ ਨਾਨਕ ਸੁਣਹੋ ਜਨ ਪਾਏ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਹਨ, ਮੈਂ ਕਹਿੰਦਾ ਹਾਂ ਹੇ ਭਾਈ ਜਨੋ ਸੁਣੋ, ਮੈਂ ਜੋ ਬਚਨ ਕਹਿਣ ਲੱਗਾ
ਆਪ ਜੀ ਧਿਆਨ ਨਾਲ ਸੁਣੋ। ਸਤਿਗੁਰ ਸੇਵੇ ਹੋ ਹਉਮੈ ਮਲ ਜਾਏ। ਇਹ ਭਾਈ ਜਦੋਂ ਤੁਸੀਂ ਸਤਿਗੁਰਾਂ ਦੀ ਸੇਵਾ ਕਰੋਗੇ ਤਾਂ ਤੁਹਾਡੇ ਹਿਰਦੇ ਚੋਂ ਹਉਮੈ ਦੀ ਮੈਲ ਚਲੀ ਜਾਏਗੀ। ਸਤਿਗੁਰਾਂ ਦੀ ਸੇਵਾ ਕੀਤਿਆਂ, ਗੁਰਦੇਵ ਦੀ ਸੇਵਾ ਕੀਤਿਆਂ ਤੁਹਾਡੇ ਹਿਰਦੇ ਚੋਂ, ਤੁਹਾਡੇ ਅੰਤਹਿਕਰਨ ਚੋਂ ਹਉਮੈ ਚਲੀ ਜਾਏਗੀ, ਹੰਕਾਰ ਚਲਾ ਜਾਏਗਾ। ਅੰਦਰ ਸੰਸਾਰ ਦੁੱਖ ਵਿਆਪੇ ਸਿਰ ਧੰਦਾ ਨਿਤ ਮਾਰ। ਮਨਮੁਖ ਦੇ ਅੰਦਰ ਹਮੇਸ਼ਾ ਸੰਸਾ ਬਣਿਆ ਰਹਿੰਦਾ, ਮਨਮੁਖ ਦੇ ਹਿਰਦੇ 'ਚ ਹਮੇਸ਼ਾ ਸ਼ੰਕੇ ਦੀ ਬਿਰਤੀ ਬਣੀ ਰਹਿੰਦੀ, ਜਿਸ ਕਰਕੇ ਉਹਨੂੰ ਦੁੱਖ ਵਿਆਪਦੇ ਹਨ। ਜਿੱਥੇ ਸੰਸਾ ਹੈ ਉੱਥੇ ਦੁੱਖ। ਸੰਸਿਆਂ ਨਾਲ ਭਰਿਆ ਹੋਇਆ ਮਨਮੁਖ ਦਾ ਹਿਰਦਾ, ਇਸ ਕਰਕੇ ਉਸ ਨੂੰ ਦੁੱਖ ਵਿਆਪਦਾ ਔਰ ਉਸਦੇ ਸਿਰ 'ਤੇ ਹਮੇਸ਼ਾ ਕਈ ਤਰ੍ਹਾਂ ਦੇ ਧੰਦਿਆਂ ਦੀ ਮਾਰ ਪੈਂਦੀ ਰਹਿੰਦੀ ਹੈ। ਉਹਨੂੰ ਨਹੀਂ ਸਮਾਂ ਮਿਲਦਾ ਰੱਬ ਰੱਬ ਕਰਨ ਦਾ, ਉਹਨੂੰ ਨਹੀਂ ਸਮਾਂ ਮਿਲਦਾ ਪਰਮੇਸ਼ਰ ਦਾ ਚਿੰਤਨ ਕਰਨ ਦਾ, ਉਹ ਧੰਦਿਆਂ ਦੀ ਮਾਰ ਥੱਲੇ ਦੱਬਿਆ ਰਹਿੰਦਾ। ਐਸਾ ਨਹੀਂ ਕਿ ਗੁਰਮੁਖ ਕੰਮ ਕਾਰ ਨਹੀਂ ਕਰਦੇ, ਕਿਰਤ ਕਰਦੇ ਨੇ, ਪਰ ਉਹਨਾਂ ਦੀ ਕਿਰਤ ਕਿਰਤ ਰਹਿੰਦੀ ਹੈ, ਧੰਦਾ ਨਹੀਂ ਬਣਦੀ। ਕਿਉਂਕਿ ਉਹ ਕਿਰਤ ਬਿਰਤ ਕਰਦਿਆਂ ਆਪਣੇ ਗੁਰੂ ਜੋਗੇ ਵੀ ਸਮਾਂ ਕੱਢਦੇ। ਮਨਮੁੱਖ ਨੂੰ ਸਮਾਂ ਹੀ ਨਹੀਂ, ਜੋ ਉਹਨੂੰ ਕਹੋ ਕਿ ਰੱਬ ਰੱਬ ਕਹਿੰਦੇ ਜੀ ਟਾਈਮ ਹੀ ਨਹੀਂ ਹੁੰਦਾ। ਉਹਦੇ ਕੋਲ ਟਾਈਮ ਹੁੰਦਾ ਮੋਬਾਈਲ 'ਤੇ ਤਿੰਨ ਤਿੰਨ ਘੰਟੇ, ਚਾਰ ਚਾਰ ਘੰਟੇ ਵੇਖਣ ਦਾ, ਉਹਦੇ ਕੋਲ ਟਾਈਮ ਹੁੰਦਾ ਦੋ ਦੋ ਤਿੰਨ ਤਿੰਨ ਘੰਟੇ ਟੀ ਵੀ ਵੇਖਣ ਦਾ, ਪਰ ਉਹਦੇ ਕੋਲ ਰੱਬ ਰੱਬ ਕਰਨ ਦਾ ਸਮਾਂ ਨਹੀਂ। ਜਦੋਂ ਉਹਨੂੰ ਕਹੋ ਕਹਿੰਦਾ ਟਾਈਮ ਹੀ ਨਹੀਂ ਹੁੰਦਾ ਜੀ, ਰੁਝੇਵੇਂ ਹੀ ਇੰਨੇ ਹਨ। ਕੰਜੂਸ ਬੰਦੇ ਨੂੰ ਪਤਾ ਹੋਵੇ ਵੀ ਇੱਥੋਂ ਇੱਕ ਮਿੰਟ 'ਚ, ਦੋ ਮਿੰਟ 'ਚ ਇੰਨੇ ਪੈਸੇ ਬਣਨੇ ਆ, ਉਹ ਇੱਕ ਇੱਕ ਮਿੰਟ ਵੀ ਅਜਾਈ ਨਹੀਂ ਜਾਣ ਦਿੰਦਾ। ਪਰਮੇਸ਼ਰ ਦਾ ਭਜਨ ਵੀ ਕੰਜੂਸ ਬਣ ਕੇ ਕਰ ਹੁੰਦਾ। ਟਾਈਮ ਤਾਂ ਗ੍ਰਿਸਤੀਆਂ ਕੋਲ ਘੱਟ ਹੀ ਹੁੰਦਾ, ਪਰ ਕੰਜੂਸ ਬਣ ਕੇ ਵੀ ਆਹ ਇੱਕ ਇੱਕ ਮਿੰਟ, ਆਹ ਦੋ ਦੋ ਮਿੰਟ ਜਿਹੜੇ ਲੰਘਦੇ ਨੇ, ਇਹ ਮੈਂ ਅਜਾਈ ਨਾ ਜਾਣਦਿਆਂ ਪਰਮੇਸ਼ਰ ਦਾ ਭਜਨ ਕਰ ਲਵਾਂ। ਇੱਥੇ ਮਨਮੁੱਖ ਦੀ ਦਸ਼ਾ ਦੱਸਦੇ ਨੇ ਕਿ ਮਨਮੁੱਖ ਦੇ ਅੰਦਰ ਦੁੱਖ ਹੈ, ਸੰਸਾ ਹੈ, ਔਰ ਉਹਨੂੰ ਹਮੇਸ਼ਾ ਧੰਦਿਆਂ ਦੀ ਮਾਰ ਹੀ ਦੱਬੀ ਰੱਖਦੀ ਹੈ। ਦੂਜੇ ਭਾਏ ਸੁਤੇ ਕਬਹੁ ਨਾ ਜਾਗ ਹੈ ਮਾਇਆ ਮੋਹ ਪਿਆਰ। ਮਨਮੁੱਖ ਦੂਜੇ ਭਾਵ 'ਚ ਸੁੱਤੇ ਹੋਏ, ਦੁਬਦਾ 'ਚ ਸੁੱਤੇ ਹੋਏ ਕਦੇ ਨਹੀਂ ਜਾਗਦੇ। ਦੁਬਦਾ 'ਚ ਇਹੋ ਜਿਹੇ ਸੁੱਤੇ ਨੇ, ਕੁੱਕ ਸੁੱਤੇ ਨੇ ਕਿ ਉਹ ਜਾਗਦੇ ਹੀ ਨਹੀਂ। ਮਾਇਆ ਦੇ ਮੋਹ ਨਾਲ ਇਹੋ ਜਿਹਾ ਪਿਆਰ ਹੈ ਕਿ ਸੁੱਤਿਆਂ ਰਹਿਣ ਵਿਹਾਣੀ, ਉਹਨਾਂ ਦੀ ਜ਼ਿੰਦਗੀ ਦੀ ਸਾਰੀ ਰਾਤ ਸੁੱਤਿਆਂ ਹੀ ਬੀਤ ਜਾਂਦੀ ਹੈ। ਪ੍ਰਤੱਖ ਰੂਪ ਵਿੱਚ ਵੀ ਉਹਨਾਂ ਦੀ ਰਾਤ ਸੁੱਤਿਆਂ ਹੀ ਲੰਘ ਜਾਂਦੀ ਹੈ, ਗੁਰਮੁਖ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਹੈ।
ਅਤੇ ਉਹਨਾਂ ਦੀ ਰਾਤ ਸੁੱਤਿਆਂ ਹੀ ਜਦੋਂ ਸਿਰ 'ਤੇ ਸੂਰਜ ਚੜ੍ਹਦੇ ਫਿਰ ਅੱਖ ਖੁੱਲ੍ਹਦੀ। ਅਤੇ ਅਧਿਆਤਮਕ ਰੂਪ ਦੇ ਵਿੱਚ ਵੀ ਉਹਨਾਂ ਦੀ ਜ਼ਿੰਦਗੀ ਰੂਪੀ ਜਿਹੜੀ ਰਾਤ ਹੈ ਇਹ ਵੀ ਇੱਕ ਰਾਤ ਹੀ ਹੈ। ਮਨਮੁੱਖ ਦੀ ਜ਼ਿੰਦਗੀ ਦੀ ਰਾਤ ਸੁੱਤੇ ਪਿਆਂ ਬੀਤ ਜਾਂਦੀ ਹੈ, ਉਹ ਕਦੇ ਜਾਗਦੇ ਹੀ ਨਹੀਂ ਹਨ। ਨਾਮ ਨਾ ਚਿਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁੱਖ ਕਾ ਵਿਚਾਰ। ਮਨਮੁੱਖ ਦਾ ਇਹ ਵਿਚਾਰ ਹੈ, ਇਹ ਮਨਮੁੱਖ ਦੀ ਦਸ਼ਾ ਉਹਦੇ ਸੰਬੰਧੀ ਵਿਚਾਰ ਦੱਸ ਰਹੇ ਹਾਂ। ਗੁਰੂ ਅਮਰਦਾਸ ਜੀ ਕਹਿੰਦੇ ਕਿ ਮਨਮੁੱਖ ਬੰਦਾ ਪਰਮੇਸ਼ਰ ਦਾ ਨਾਮ ਨਹੀਂ ਚੇਤਦਾ, ਮਨਮੁੱਖ ਦੇ ਅੰਦਰ ਗੁਰ ਸ਼ਬਦ ਦੀ ਵਿਚਾਰ ਨਹੀਂ ਚੱਲਦੀ, ਨਾ ਉਹ ਗੁਰਬਾਣੀ ਵਿਚਾਰਦਾ, ਨਾ ਉਹ ਪਰਮੇਸ਼ਰ ਦਾ ਨਾਮ ਚੇਤਦਾ। ਇਹ ਮਨਮੁੱਖ ਦਾ ਵਿਚਾਰ ਹੈ, ਇਹ ਮਨਮੁੱਖ ਦੀ ਦਸ਼ਾ ਹੈ। ਹਾਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ। ਮਨਮੁੱਖ ਬੰਦੇ ਨੂੰ ਹਰੀ ਦਾ ਨਾਮ ਨਹੀਂ ਪਾਉਂਦਾ, ਉਹਨੂੰ ਪਰਮੇਸ਼ਰ ਦਾ ਨਾਮ ਚੰਗਾ ਹੀ ਨਹੀਂ ਲੱਗਦਾ। ਉੱਪਰ ਦੱਸ ਆਏ ਨੇ ਹਰ ਕਾ ਨਾਉ ਮਨ ਪਾਇਆ, ਗੁਰਮੁਖਾਂ ਨੂੰ ਤਾਂ ਨਾਮ ਪਾਉਂਦਾ ਉਹਨਾਂ ਦੇ ਮਨ ਨੂੰ, ਪਰ ਮਨਮੁੱਖਾਂ ਨੂੰ ਨਹੀਂ ਪਾਉਂਦਾ। ਹਰੀ ਦਾ ਨਾਮ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਜਿਸ ਕਰਕੇ ਮਨਮੁੱਖ ਆਪਣਾ ਸਾਰਾ ਜਨਮ ਵਿਅਰਥ ਗਵਾ ਲੈਂਦੇ ਨੇ। ਬਿਰਥਾ ਜਨਮ ਗਵਾਇਆ, ਉਹ ਆਪਣਾ ਜਨਮ ਵਿਅਰਥ ਗਵਾ ਲੈਂਦੇ, ਅਜਾਈ ਨਿਰਾਰਥ ਗਵਾ ਲੈਂਦੇ ਹਨ। ਨਾਨਕ ਜਮ ਮਾਰ ਕਰੇ ਖੁਆਰ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਕਿ ਇਹੋ ਜਿਹੇ ਮਨਮੁੱਖਾਂ ਦੀ ਜਦੋਂ ਜ਼ਿੰਦਗੀ ਗੁਜ਼ਰ ਜਾਂਦੀ ਹੈ ਫਿਰ ਉਹ ਜੰਮਾਂ ਦੇ ਵਸ ਪੈਂਦੇ ਨੇ, ਜੰਮਾਂ ਦੀ ਮਾਰ ਖਾਂਦੇ ਨੇ ਤੇ ਖੁਆਰ ਹੁੰਦੇ ਹਨ। ਪੌੜੇ ਜਿਸਨੋ ਹਰ ਭਗਤ ਸੱਚ ਬਖਸ਼ੇ ਅਨ ਸੋ ਸੱਚਾ ਸਾਹੋ। ਪੌੜੀ ਚੌਥੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਚਾਰਨ ਕਰਦੇ ਨੇ, ਜਿਸ ਨੂੰ ਵਾਹਿਗੁਰੂ ਜੀ ਹਰੀ ਦੀ ਭਗਤੀ ਆਪ ਬਖਸ਼ਦੇ ਨੇ। ਹਰ ਭਗਤੀ ਦੀ ਦਾਤ ਹਰੀ ਨੇ ਆਪਣੇ ਹੱਥ 'ਚ ਰੱਖੀ, ਜਿਸ ਨੂੰ ਬਖਸ਼ਣੀ ਉਹਨੂੰ ਮਿਲਣੀ। ਇਹ ਭਗਤੀ ਦੀ ਦਾਤ ਨਿਰੰਕਾਰ ਨੇ ਜਿਹਦੇ 'ਤੇ ਰੀਝਣਾ ਉਸੇ ਨੂੰ ਦੇਣੀ। ਇਸ ਕਰਕੇ ਕਹਿੰਦੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿ ਹਰੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵਾਹਿਗੁਰੂ ਨੇ ਜਿਸ ਨੂੰ ਬਖਸ਼ਣੀ ਹੈ ਉਹੀ ਅਸਲ ਵਿੱਚ ਸੱਚਾ ਸ਼ਾਹੂਕਾਰ ਹੈ। ਲੋਕ ਕਹਿੰਦੇ ਜਿਹਦੇ ਕੋਲ ਦੁਨਿਆਵੀ ਧਨ ਸੰਪਦਾ ਉਹ ਸ਼ਾਹੂਕਾਰ ਹੈ, ਪਰ ਪਾਤਸ਼ਾਹ ਕਹਿੰਦੇ ਜਿਹਨੂੰ ਪਰਮੇਸ਼ਰ ਨੇ ਆਪਣੀ ਭਗਤੀ ਦਿੱਤੀ ਉਹ ਸ਼ਾਹੂਕਾਰ ਹੈ। ਸੋ ਸੱਚਾ ਸਾਹੋ, ਉਹੀ ਅਸਲ ਵਿੱਚ ਸੱਚਾ ਸ਼ਾਹੂਕਾਰ ਹੈ ਜਿਸ ਨੂੰ ਨਿਰੰਕਾਰ ਨੇ ਵਾਹਿਗੁਰੂ ਨੇ ਪਰਮੇਸ਼ਰ ਨੇ ਆਪਣੀ ਭਗਤੀ ਦਾ ਦਾਨ ਬਖਸ਼ਿਆ ਹੈ। ਤਿਸ ਕੇ ਮੋਹਤਾਜੇ ਲੋਕ ਕੱਢਦਾ ਹੋਰਤ ਹਟ ਨਾ ਵਥ ਨਾ ਵਸਾਹੋ। ਜਿਵੇਂ ਆਮ ਕਰਕੇ ਸ਼ਾਹੂਕਾਰਾਂ ਦੇ ਮੁਥਾਜ ਹੁੰਦੇ ਨੇ ਨਾ ਲੋਕ, ਕਹਿੰਦੇ ਜਿਹਨਾਂ ਕੋਲ ਪਰਮੇਸ਼ਰ ਦੀ ਭਗਤੀ ਹੈ ਨਾ
ਉਹਨਾਂ ਦੀ ਮੁਹਤਾਜੀ ਸਾਰੀ ਦੁਨੀਆ ਕਰਦੀ ਹੈ। ਕਿਉਂ? ਜਿਹੜੀ ਵਸਤੂ ਨਾ ਰੱਬ ਦੇ ਪਿਆਰਿਆਂ ਕੋਲੋਂ ਮਿਲਦੀ ਹੈ ਉਹ ਕਿਸੇ ਹੋਰ ਥਾਂ ਤੋਂ ਮਿਲਦੀ ਨਹੀਂ, ਕਿਸੇ ਹੋਰ ਦੁਕਾਨ ਤੋਂ, ਕਿਸੇ ਹੋਰ ਨਗਰ ਤੋਂ ਨਹੀਂ ਮਿਲਦੀ। ਇਸ ਕਰਕੇ ਭਾਈ ਉਹਨਾਂ ਗੁਰਮੁਖਾਂ ਦੀ ਸਾਰਾ ਜਗਤ ਮੁਹਤਾਜੀ ਕੱਢਦਾ, ਕਿਉਂਕਿ ਜੋ ਨਾ ਰੱਬ ਦੇ ਪਿਆਰਿਆਂ ਕੋਲੋਂ ਮਿਲਦਾ ਉਹ ਕਿਸੇ ਹੋਰ ਥਾਂ ਨਹੀਂ ਮਿਲਦਾ, ਕਿਸੇ ਹੋਰ ਦੁਕਾਨ ਤੋਂ ਨਹੀਂ ਮਿਲਦਾ। ਇੱਥੇ ਪਾਤਸ਼ਾਹ ਲੈ ਹੋਰਤ ਹੱਟ ਨਾ ਵੱਤ, ਹੋਰ ਕਿਸੇ ਦੁਕਾਨ 'ਤੇ ਉਹ ਵਸਤੂ ਹੈ ਹੀ ਨਹੀਂ ਜਿੱਥੋਂ ਉਹਨਾਂ ਨੇ ਵਿਸਾਹ ਲੈਣੀ, ਵਿਸਾਹ ਉਹ ਖਰੀਦ ਲੈਣੀ, ਉਹ ਤਾਂ ਮਿਲਣੀ ਉਹਨਾਂ ਕੋਲ। ਅਤੇ ਐਸਾ ਨਹੀਂ ਕਿ ਉਹਨਾਂ ਨੂੰ ਉਹਨਾਂ ਦੀ ਮੁਹਤਾਜੀ ਕੱਢ ਕੇ ਹੀਣ ਭਾਵ ਮਹਿਸੂਸ ਹੁੰਦਾ ਹੈ। ਰੱਬ ਦੇ ਪਿਆਰਿਆਂ ਦੀ ਮੁਹਤਾਜੀ ਦੁਨੀਆਂ ਵੱਲੋਂ ਬੇਮੁਹਤਾਜ ਕਰ ਦਿੰਦੀ ਹੈ। ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ। ਜਿਹੜੇ ਰੱਬ ਦਾ ਸਿਮਰਨ ਕਰਦੇ ਨੇ ਉਹ ਦੁਨੀਆਂ ਵੱਲੋਂ ਬੇਮੁਹਤਾਜ ਪਾਤਸ਼ਾਹ ਹੋ ਜਾਂਦੇ ਨੇ, ਬੇਮੁਹਤਾਜ ਪਾਤਸ਼ਾਹ। ਉਹਨਾਂ ਨੂੰ ਦੁਨੀਆਂ ਦੀ ਮੁਹਤਾਜੀ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਕਿਛ ਨਿਸੀ ਛੰਦਾ। ਹੇ ਵਾਹਿਗੁਰੂ, ਜਿਨ੍ਹਾਂ ਵੱਲ ਤੂੰ ਹੈ ਫਿਰ ਉਹਨਾਂ ਨੂੰ ਕਿਸੇ ਦੀ ਮੁਹਤਾਜੀ ਨਹੀਂ ਕਰਨੀ ਪੈਂਦੀ। ਰੱਬ ਦੇ ਪਿਆਰਿਆਂ ਦੀ ਮੁਹਤਾਜੀ ਰੱਬ ਦੀ ਮੁਹਤਾਜੀ ਹੈ। ਇਸ ਕਰਕੇ ਪਰਮੇਸ਼ਰ ਦੇ ਪਿਆਰਿਆਂ ਕੋਲੋਂ ਜੋ ਮਿਲਣਾ ਉਹ ਕਿਤੋਂ ਹੋਰ ਨਹੀਂ ਮਿਲਣਾ। ਇਸ ਕਰਕੇ ਸਾਰਾ ਜਗਤ ਉਹਨਾਂ ਦੀ ਮੁਹਤਾਜੀ ਕਰਦਾ। ਰੱਬ ਦੇ ਪਿਆਰਿਆਂ ਪਿੱਛੇ ਬਹੁਤ ਸਾਰੀ ਲੁਕਾਈ ਆ ਪੈਂਦੀ। ਜਿਹੜੇ ਨਾਸਤਕ ਬਿਰਤੀ ਵਾਲੇ ਹੁੰਦੇ ਨੇ ਉਹ ਕਹਿੰਦੇ ਜੀ ਇਹ ਤਾਂ ਮੂਰਖ ਲੋਕ ਨੇ, ਪਰ ਉਹ ਕੀ ਜਾਣਨ ਉਹਨਾਂ ਸਾਧਕਾਂ ਨੂੰ ਉੱਥੋਂ ਕੀ ਪ੍ਰਾਪਤ ਹੋ ਰਿਹਾ, ਉਹਨਾਂ ਨੂੰ ਕੀ ਪਤਾ। ਜਿਹੜਾ ਰਸ ਮਾਣਦਾ ਉਸੇ ਨੂੰ ਪਤਾ ਨਾ, ਜਿਸ ਨੇ ਉਹ ਰਸ ਜਾਣਿਆ ਹੀ ਨਹੀਂ ਉਹਦੇ ਵਾਸਤੇ ਤਾਂ ਫਿਰ ਉਹਨਾਂ ਨੂੰ ਉਹੀ ਕੁਝ ਦਿਸਣਾ ਜੋ ਚਾਹੁੰਦੇ ਨੇ ਵੇਖਣਾ। ਹਮੇਸ਼ਾ ਅਸੀਂ ਉਹੀ ਕੁਝ ਵੇਖਦੇ ਹਾਂ ਜੋ ਅਸੀਂ ਵੇਖਣਾ ਚਾਹੁੰਦੇ ਹਾਂ, ਜੋ ਅਸੀਂ ਨਹੀਂ ਵੇਖਣਾ ਚਾਹੁੰਦੇ ਅਸੀਂ ਉਹਦੇ 'ਤੇ ਵੀ ਉਹੀ ਆਪਣੀ ਦ੍ਰਿਸ਼ਟੀ ਲਾਗੂ ਕਰਦੇ ਹਾਂ ਜੋ ਅਸੀਂ ਵੇਖਣਾ ਚਾਹੁੰਦੇ ਹਾਂ। ਇਸ ਕਰਕੇ ਮਨਮੁੱਖ ਲੋਕ ਉਹ ਸ਼ੰਕਿਆਂ ਵਿੱਚ ਹੀ ਪਏ ਰਹਿੰਦੇ ਨੇ, ਪਰ ਗੁਰਮੁਖ ਲਾਹਾ ਲੈ ਲੈਂਦੇ ਨੇ। ਸਤਿਪੁਰਸ਼ਾਂ ਮਹਾਂਪੁਰਸ਼ਾਂ ਦੀ ਮੁਹਤਾਜੀ, ਇੱਥੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹਨ ਕਿ ਸਾਰਾ ਸੰਸਾਰ ਕੱਢਦਾ, ਕਿਉਂਕਿ ਉਹਨਾਂ ਪਾਸ ਜੋ ਵਸਤੂ ਵਾਹਿਗੁਰੂ ਨੇ ਉਹਨਾਂ ਨੂੰ ਦਿੱਤੀ ਹੈ, ਉਹਨਾਂ ਕੋਲੋਂ ਜੋ ਵਸਤੂ ਸਾਨੂੰ ਮਿਲ ਸਕਦੀ ਹੈ ਉਹ ਦੁਨੀਆਂ ਦੇ ਕਿਸੇ ਹੋਰ ਹੱਟ 'ਤੇ, ਕਿਸੇ ਹੋਰ ਦੁਕਾਨ 'ਤੇ ਨਹੀਂ ਪ੍ਰਾਪਤ ਹੁੰਦੀ। ਭਗਤ ਜਨਾ ਕਉ ਸਨਮੁਖ ਹੋਵੇ, ਸੋ ਹਰ ਰਾਸ ਲੈ ਵੇ ਮੁਖ ਭਸ ਪਾਹੋ। ਜਿਹੜੇ ਭਗਤ ਜਨ ਨੇ ਉਹ ਤਾਂ ਸਨਮੁਖ ਹੋ ਕੇ ਹਰੀ ਦੇ ਨਾਮ ਦੀ ਉਹ ਪੂੰਜੀ ਲੈ ਲੈਂਦੇ। ਹਰ ਰਾਸ ਲੈ, ਹਰੀ ਦੇ ਨਾਮ ਦੀ ਪੂੰਜੀ ਉਹ ਲੈ ਲੈਂਦੇ ਜਿਹੜੇ ਭਗਤ ਨੇ, ਸਨਮੁਖ ਹੁੰਦੇ ਨੇ। ਜਿਹੜੇ ਵੇ ਮੁਖ ਨੇ,
ਉਹਨਾਂ ਦੇ ਸਿਰ 'ਤੇ ਸਵਾਹ ਪੈਂਦੀ ਹੈ ਲਾਹਨਤਾਂ ਅਤੇ ਤਰਕਾਰਾਂ ਦੀ। ਜਿਹੜੇ ਸਨਮੁਖ ਹੋ ਕੇ ਭਗਤ ਜਨ ਨੇ ਉਹ ਲਾਹਾ ਲੈ ਲੈਂਦੇ ਨੇ, ਉਹ ਹਰੀ ਦੇ ਨਾਮ ਦੀ ਪੂੰਜੀ ਲੈ ਲੈਂਦੇ ਨੇ, ਪਰ ਵੇਮੁਖ ਬੰਦਿਆਂ ਦੇ ਸਿਰ 'ਤੇ ਸਵਾਹ ਪੈਂਦੀ ਹੈ ਅਤੇ ਉਹ ਵੀ ਤਰਕਾਰਾਂ ਅਤੇ ਲਾਹਨਤਾਂ ਦੀ। ਲਾਹਨਤਾਂ ਪਸ ਦਾ ਮਤਲਬ ਹੁੰਦਾ ਸਵਾਹ, ਇਹ ਸਵਾਹ ਇਹ ਖੇ ਉਹਨਾਂ ਦੇ ਸਿਰ 'ਚ ਪੈਂਦੀ ਹੈ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ। ਜਿਹੜੇ ਹਰੀ ਦੇ ਭਗਤ ਨੇ ਨਾ ਉਹ ਹਰੀ ਦੇ ਨਾਮ ਦੇ ਵਪਾਰੀ ਨੇ, ਉਹਨਾਂ ਹਰੀ ਦੇ ਨਾਮ ਦਾ ਹੀ ਵਣਜ ਕਰਨਾ, ਹਰੀ ਦੇ ਨਾਮ ਤੋਂ ਬਿਨਾਂ ਉਹਨਾਂ ਨੂੰ ਕੁਝ ਹੋਰ ਨਹੀਂ ਪਾਉਂਦਾ। ਉਹ ਕਹਿੰਦੇ ਸਾਡਾ ਮਕਸਦ ਹੀ ਇਹ ਹੈ, ਸਾਡੇ ਜੀਵਨ ਦਾ ਮੁੱਖ ਪ੍ਰਯੋਜਨ ਅਤੇ ਮਨੋਰਥ ਹੀ ਇਹ ਹੈ, ਇਹਦੇ ਤੋਂ ਕਿਉਂ ਖੁੰਝੀਏ। ਤੋ ਰੱਬ ਦੇ ਪਿਆਰੇ ਹਰੀ ਪਰਮੇਸ਼ਰ ਦਾ ਨਾਮ ਧੰਨ ਹੀ ਵਿਹਾਜਦੇ ਨੇ, ਉਹ ਕੇਵਲ ਪਰਮੇਸ਼ਰ ਦਾ ਭਜਨ ਹੀ ਇਕੱਤਰ ਕਰਦੇ ਹਨ। ਜਾਮ ਜਗਾਤੇ ਤਿਨਾ ਨੇੜ ਨਾ ਜਾਹੋ। ਔਰ ਜਿਹੜਾ ਇਹ ਨਾਮ ਦਾ ਭਜਨ ਹਰੀ ਦੇ ਨਾਮ ਜਪਣ ਵਾਲੇ ਗੁਰਮੁਖਾਂ ਨੇ ਕੀਤਾ ਹੈ, ਇਹ ਜਿਹੜਾ ਸੌਦਾ ਹੈ ਜਿਹੜਾ ਉਹਨਾਂ ਨੇ ਇਕੱਠਾ ਕੀਤਾ, ਇਹਦੇ ਵਿੱਚ ਜਮ ਆਪਣੀ ਜੁਗਾਤ ਨਹੀਂ ਲਾ ਸਕਦਾ, ਵਿੱਚੋਂ ਟੈਕਸ ਨਹੀਂ ਲੈ ਸਕਦਾ। ਜੁਗਾਤ ਲਾਉਣੀ ਤਾਂ ਇੱਕ ਪਾਸੇ ਰਹੀ, ਉਹ ਨੇੜੇ ਵੀ ਨਹੀਂ ਜਾ ਸਕਦਾ ਜੁਗਾਤ ਲੈਣ ਲਈ। ਜੁਗਾਤ ਮਤਲਬ ਟੈਕਸ, ਕਰ, ਮਸੂਲ, ਮਾਮਲਾ, ਇਹ ਕਈ ਨਾਂ ਨੇ। ਉਹ ਕਰ ਨਹੀਂ ਲਾ ਸਕਦੇ, ਯਾਨੀ ਕਿ ਮਸੂਲ ਨਹੀਂ ਲੈ ਸਕਦੇ, ਉਹ ਆਪਣੀ ਜੁਗਾਤ ਨਹੀਂ ਲੈ ਸਕਦੇ। ਜਿਹੜਾ ਜਪਿਆ ਉਹ ਉਹਨਾਂ ਦਾ ਹੀ ਹੈ, ਔਰ ਫਿਰ ਉਹ ਨੇੜੇ ਵੀ ਨਹੀਂ ਜਾ ਸਕਦੇ। ਜਨ ਨਾਨਕ ਹਰ ਨਾਮ ਧੰਨ ਲੱਦਿਆ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਧੰਨ ਨੂੰ ਲੱਦਿਆ ਹੈ, ਲੱਦਿਆ ਮਤਲਬ ਇਕੱਠਾ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ, ਜਿਨ੍ਹਾਂ ਨੇ ਨਿਰੰਕਾਰ ਦੀ ਇਬਾਦਤ ਕੀਤੀ ਹੈ, ਸਦਾ ਵੇ ਪਰਵਾਹ, ਉਹ ਇਹ ਸੰਸਾਰ ਵਿੱਚ ਸਦਾ ਲਈ ਵੇ ਪਰਵਾਹ ਹੋ ਗਏ, ਉਹਨਾਂ ਨੂੰ ਫਿਰ ਕਿਸੇ ਦੀ ਪਰਵਾਹ ਨਹੀਂ। ਕੋਈ ਕੀ ਆਖਦਾ, ਕੋਈ ਕੀ ਕਹਿੰਦਾ, ਫਿਰ ਉਹ ਵੇ ਪਰਵਾਹ ਹੋ ਗਏ। ਉਹ ਵੇ ਪਰਵਾਹ ਨਾ ਬੋਲਣੀ, ਐਸੀ ਅਵਸਥਾ ਦੇ ਵਿੱਚ ਉਹ ਰੱਬ ਦੇ ਪਿਆਰੇ ਜਾ ਟਿਕਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਗੁਰਦੇਵ ਦੇ ਪਾਵਨ ਅੰਮ੍ਰਿਤ ਬਚਨ ਸਾਡੇ ਹਿਰਦਿਆਂ 'ਚ ਵਸ ਜਾਣ, ਸਾਡਾ ਹਲਤ ਸੁਖੀ ਅਤੇ ਪਲਤ ਸੁਖੀ ਹੋ ਜਾਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਵਾਹਿਗੁਰੂ ਵਾਹਿ